98 ਸਾਲਾਂ ਬਜ਼ੁਰਗ ਦੀ ਹੋਈ ਖੱਜਲ ਖੁਆਰੀ। ਪੈਨਸ਼ਨ ਲਵਾਉਣ ਲਈ ਦਫ਼ਤਰਾਂ ਦੇ ਕੱਟਣੇ ਪੈ ਰਹੇ ਨੇ ਚੱਕਰ। ਬਜ਼ੁਰਗ ਅਵਸਥਾ ਦਾ ਵੀ ਨਹੀਂ ਕੀਤਾ ਜਾ ਰਿਹਾ ਲਿਹਾਜ਼। ਖਬਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ 98 ਸਾਲ ਦੀ ਬਜ਼ੁਰਗ ਮਹਿਲਾ ਨੂੰ ਆਪਣੀ ਪੈਨਸ਼ਨ ਲਵਾਉਣ ਦੇ ਲਈ ਡੀਸੀ ਦਫ਼ਤਰ ਵਿਖੇ ਗੇੜੇ ਕੱਟਣੇ ਪੈ ਰਹੇ ਨੇ। ਪਹਿਲਾਂ ਜਿਸ ਦਫ਼ਤਰ ਵਿਖੇ ਉਹਨਾਂ ਨੂੰ ਜਾਣਾ ਪੈਂਦਾ ਸੀ, ਉੱਥੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਡੀਸੀ ਦਫ਼ਤਰ ਵਿਖੇ ਜਾਓ, ਉੱਥੋਂ ਤੁਹਾਡਾ ਕੰਮ ਹੋ ਜਾਏਗਾ। ਬਜ਼ੁਰਗ ਮਹਿਲਾ ਆਪਣੀ ਨੂੰਹ ਦੇ ਨਾਲ ਡੀਸੀ ਦਫ਼ਤਰ ਵਿਖੇ ਪਹੁੰਚਦੀ ਹੈ, ਜਿੱਥੇ ਜਾ ਕੇ ਉਸਨੂੰ ਇੱਕ ਤੋਂ ਬਾਅਦ ਇੱਕ ਲਾਰੇ ਸੁਣਨ ਨੂੰ ਮਿਲਦੇ ਨੇ। ਹਾਲਾਂਕਿ ਇੱਕ ਦਫ਼ਤਰ ਵਿਖੇ ਜਦੋਂ ਜਾਂਦੇ ਨੇ ਤਾਂ ਪੁੱਛਦੇ ਨੇ ਕਿ ਮੈਂ ਆਪਣੀ ਪੈਨਸ਼ਨ ਲਗਵਾਉਣ ਲਈ ਕਿਸ ਅਫਸਰ ਨੂੰ ਮਿਲਾਂ, ਤਾਂ ਕਰਮਚਾਰੀ ਉਹਨਾਂ ਨੂੰ ਦੂਸਰੇ ਅਫਸਰ ਦਾ ਹਵਾਲਾ ਦੇ ਕੇ ਉਹਨਾਂ ਦੇ ਵੱਲ ਭੇਜ ਦਿੰਦੇ ਨੇ। ਹਾਲਾਂਕਿ ਉੱਥੇ ਜਾ ਕੇ ਵੀ ਜਦ ਉਹਨਾਂ ਦਾ ਕੰਮ ਨਹੀਂ ਨਿਕਲਦਾ ਤਾਂ ਸਿੱਧੇ ਤੌਰ 'ਤੇ ਉਹਨਾਂ ਦੀ ਖੱਜਲ ਖੁਆਰੀ ਹੁੰਦੀ ਹੋਈ ਵਿਖਾਈ ਦਿੰਦੀ ਹੈ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਬਜ਼ੁਰਗ ਮਹਿਲਾ ਪੌੜੀਆਂ ਚੜ੍ਹ ਕੇ ਦਫ਼ਤਰ ਵਿਖੇ ਪਹੁੰਚੀ ਹੈ। ਹਾਲਾਂਕਿ ਇਸ ਅਵਸਥਾ ਦੇ ਵਿੱਚ ਬਜ਼ੁਰਗ ਅਕਸਰ ਘਰਾਂ 'ਚ ਆਰਾਮ ਕਰਦੇ ਨੇ, ਪਰ 98 ਸਾਲ ਦੀ ਇਸ ਬਜ਼ੁਰਗ ਮਹਿਲਾ ਨੂੰ ਆਪਣੀ ਪੈਨਸ਼ਨ ਲਗਵਾਉਣ ਦੇ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਕੱਟਣੇ ਪੈ ਰਹੇ ਨੇ। ਕਈ ਘੰਟੇ ਤੱਕ ਮਹਿਲਾ ਨੂੰ ਦਫ਼ਤਰ 'ਚ ਹੀ ਇੰਤਜ਼ਾਰ ਕਰਨਾ ਪਿਆ ਕਿ ਉਹਨਾਂ ਨੂੰ ਆਪਣੀ ਪੈਨਸ਼ਨ ਲਗਵਾਉਣ ਲਈ ਸੰਬੰਧਿਤ ਕਿਸ ਅਫਸਰ ਨੂੰ ਮਿਲਣਾ ਹੈ। ਹਾਲਾਂਕਿ ਉੱਥੇ ਮੌਕੇ 'ਤੇ ਕੰਮ ਕਰ ਰਹੇ ਕਈ ਕਰਮਚਾਰੀਆਂ ਨੂੰ ਮਿਲੇ, ਜਿਨ੍ਹਾਂ ਦਾ ਕਹਿਣਾ ਸੀ ਕਿ ਤੁਸੀਂ ਪਹਿਲੀ ਮੰਜ਼ਿਲ 'ਤੇ ਜਾਓ, ਉੱਥੇ ਬੈਠੇ ਅਫਸਰ ਤੁਹਾਡਾ ਕੰਮ ਕਰ ਦੇਣਗੇ। ਪਰ ਜਦ ਉਹ ਪਹਿਲੀ ਮੰਜ਼ਿਲ 'ਤੇ ਪਹੁੰਚੇ ਸਰਕਾਰੀ ਦਫ਼ਤਰ ਦੀ, ਤਾਂ ਉੱਥੇ ਵੀ ਉਹਨਾਂ ਨੂੰ ਕਿਤੇ ਵੀ ਕੋਈ ਪੁਖਤਾ ਸਹੂਲਤ ਨਹੀਂ ਮਿਲੀ ਅਤੇ ਨਾ ਹੀ ਉਹਨਾਂ ਦਾ ਕੰਮ ਹੋਇਆ ਕਿ ਕੌਣ ਇਸ ਸੰਬੰਧੀ ਉਹਨਾਂ ਨੂੰ ਦੱਸੇਗਾ ਕਿ ਉਹਨਾਂ ਦੀ ਪੈਨਸ਼ਨ ਕਿੱਥੋਂ ਲੱਗੇਗੀ। ਤੁਹਾਨੂੰ ਦੱਸ ਦਈਏ ਕਿ ਦਫ਼ਤਰ 'ਚ ਮੌਜੂਦ ਇੱਕ ਕਰਮਚਾਰੀ ਨੇ ਅਤੇ ਕੋਲ ਜਦ ਇਹ ਬਜ਼ੁਰਗ ਮਹਿਲਾ ਗਏ ਤਾਂ ਉਹਨਾਂ ਨੇ ਕਿਹਾ ਕਿ ਸਰਕਾਰੀ ਪ੍ਰੋਸੀਜਰ ਦੇ ਹਿਸਾਬ ਨਾਲ ਹੀ ਜੋ ਉਹਨਾਂ ਦੀ ਪੈਨਸ਼ਨ ਹੈ ਉਹ ਲੱਗਣੀ ਹੈ, ਅਤੇ ਜੋ ਲੋਕ 3 ਮਹੀਨੇ ਤੱਕ ਪੈਨਸ਼ਨ ਨਹੀਂ ਲੈਂਦੇ ਤਾਂ ਉਹਨਾਂ ਨੂੰ ਮਨਜ਼ੂਰੀ ਲੈਣੀ ਪੈਂਦੀ ਹੈ। ਪਰ ਬਜ਼ੁਰਗ ਮਹਿਲਾ ਦੀ ਖੱਜਲ ਖੁਆਰੀ ਹੁੰਦੀ ਹੋਈ ਵਿਖਾਈ ਦਿੱਤੀ। ਇਸ ਅਵਸਥਾ ਦੇ ਵਿੱਚ ਵੀ ਉਹਨਾਂ ਨੂੰ ਦਫ਼ਤਰਾਂ ਦੇ ਗੇੜੇ ਕੱਟਣੇ ਪੈ ਰਹੇ ਨੇ। ਹਾਲਾਂਕਿ ਬਜ਼ੁਰਗ ਅਵਸਥਾ ਦੇ ਵਿੱਚ ਉਹਨਾਂ ਨੂੰ ਪਹਿਲਾਂ ਘਰੋਂ ਚੱਲ ਕੇ ਦਫ਼ਤਰ ਆਉਣਾ ਪਿਆ, ਫਿਰ ਇੱਥੇ ਆ ਕੇ ਇੱਕ ਤੋਂ ਬਾਅਦ ਇੱਕ ਦਫ਼ਤਰ ਵਿਖੇ ਉਹ ਗਏ ਕਿ ਤਾਂ ਜੋ ਆਪਣੀ ਪੈਨਸ਼ਨ ਮੁੜ ਲਗਵਾਉਣ ਸਕਣ, ਪਰ ਜਿਹਨੂੰ ਲੈ ਕੇ ਕਿ ਉਹਨਾਂ ਨੂੰ ਖੱਜਲ ਖੁਆਰੀ ਹੋਣੀ ਪਈ। ਖਬਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ, ਜਿੱਥੇ 98 ਸਾਲਾ ਬਜ਼ੁਰਗ ਮਹਿਲਾ ਖੁਦ ਸਰਕਾਰੀ ਦਫ਼ਤਰ ਵਿਖੇ ਜਾ ਕੇ ਆਪਣਾ ਇੱਕ ਪੈਨਸ਼ਨ ਦਾ ਕੰਮ ਕਰਵਾਉਣ ਲਈ ਪਹਿਲਾਂ ਜਾਂਦੇ ਨੇ, ਫਿਰ ਉਹਨਾਂ ਨੂੰ ਉੱਥੇ ਜਾ ਕੇ ਇੱਕ ਤੋਂ ਬਾਅਦ ਇੱਕ ਦਫ਼ਤਰ 'ਚ ਭੇਜਿਆ ਜਾਂਦਾ, ਜਿਸ ਨਾਲ ਕਿ ਸਾਫ਼ ਤੌਰ 'ਤੇ ਉਹਨਾਂ ਦੀ ਖੱਜਲ ਖੁਆਰੀ ਹੁੰਦੀ ਹੋਈ ਵਿਖਾਈ ਦਿੱਤੀ ਹੈ। ਮਤਲਬ ਕੀ ਨਾਂ ਹੈ ਤੁਹਾਡਾ? ਕਿੱਥੋਂ ਆਏ ਜੇ? ਅੱਛਾ, ਇੱਥੇ ਕਿਵੇਂ ਆਏ ਜੇ? ਅੱਛਾ, ਲੱਗੀ ਹੋਈ ਸੀ ਪਹਿਲਾਂ? ਹਾਂ। ਤੇ ਹੁਣ ਕੀ ਹੋਇਆ ਜੀ? ਹੁਣ 4 ਮਹੀਨੇ ਉੱਥੇ ਜਾਓ। ਕਿੱਥੇ ਜੀ? ਮੈਡਮ ਕੋਲ ਨਹੀਂ ਸੀ ਦੰਤ। ਅੱਛਾ, ਤੇ ਉਹ ਸਾਨ ਕਰ ਦੇ ਰਹੀ ਸੀ। ਹਾਂ, ਮਿਲੇ ਜੀ ਮੈਡਮ? ਸਾਨ ਮਰ ਗਏ, ਸਾਨ ਪਤਾ ਨਹੀਂ। ਹਾਂਜੀ, ਸਾਨ ਪਤਾ ਨਹੀਂ ਹੈ ਅਸੀਂ ਨਵੇਂ ਸ਼ਹਿਰ ਆ। 26 ਦੀ ਹੁਣ ਕਿੰਨੇ ਪੌੜੀਆਂ ਚੜ੍ਹ ਕੇ ਆਏ ਜੀ? ਕਿੰਨੀਆਂ ਪੌੜੀਆਂ ਚੜ੍ਹ ਕੇ ਆਏ ਜੀ? ਕਿੱਥੋਂ ਆਏ ਜੀ? ਅੱਛਾ, ਕੀ ਮਾਮਲਾ ਕੀ ਹੈ ਜੀ? ਵੀਰ ਜੀ, ਪਹਿਲੇ ਸਾਨੂੰ ਰੁਕੀ ਹੋਈ ਮਾਸਾ। ਅੱਛਾ, 4 ਮਹੀਨੇ ਹੋ ਗਏ ਨੇ ਬੈਂਕ ਵਾਲੇ ਕਹਿੰਦੇ ਨੇ ਉਹ ਤੁਹਾਨੂੰ ਲਿਆਓ। ਅੱਛਾ, ਤੇ ਕੈਂਪ ਨਹੀਂ ਲੱਗਦੇ ਸੁਵਿਧਾ ਕੈਂਪ ਜਿਹੜੇ ਪਿੰਡਾਂ ਵਿੱਚ ਲੱਗਦੇ ਨੇ? ਅੱਗੇ ਲੱਗਾ ਸੀ ਬਾਬਾ ਟਾਈਮ ਹੋ ਗਿਆ। ਅੱਛਾ, ਤੇ ਉਦੋਂ ਤਾਂ ਆਂਦੀ ਸੀ, ਮਾਤਾ ਬਿਮਾਰ ਸੀ, ਦੇ ਨਾਲ ਜਾਣ ਵਾਲਾ ਕੋਈ ਨਹੀਂ ਸੀ। ਹਾਂ, ਇਹਨਾਂ ਨੇ ਮੈਨੂੰ ਕਿਹਾ ਮੇਰੇ ਨਾਲ ਚਲੋ। ਤੁਹਾਡੀ ਕੀ ਲੱਗਦੀ?
ਦਾਦੀ ਨਹੀਂ ਲੱਗਦੀ। ਅੱਛਾ ਬੈਂਕ ਗਏ ਉਦੋਂ ਬਾਅਦ? ਬੈਂਕ ਗਏ ਉਹ ਕਹਿੰਦੇ ਉੱਥੇ ਜਾਓ ਡੀਸੀ ਦਫ਼ਤਰ। ਅੱਛਾ ਚੋਣ ਕਿੰਨੀਆਂ ਪੌੜੀਆਂ ਚੜ੍ਹ ਕੇ ਆਇਆ ਜੀ? ਪਹਿਲਾਂ ਲੱਗੀ ਹੋਈ ਸੀਗੀ ਪੈਨਸ਼ਨ? ਪਹਿਲਾਂ ਲੱਗੀ ਹੋਈ ਸੀ। ਤੁਹਾਨੂੰ ਮਿਲੇ ਜੇ ਕੋਈ ਗੱਲਬਾਤ ਹੋਈ ਕਿਸੇ ਨਾਲ? ਅਸੀਂ ਮੈਡਮ ਦੇ ਮੱਥੇ ਲੱਗਣਾ ਸਾਨੂੰ ਪਤਾ ਹੀ ਨਹੀਂ ਗਾ ਕਿਹੜਾ ਉਹ ਵੱਲ ਗਏ ਆ ਤੇ ਉਹ ਕਹਿੰਦੇ ਲਿਫਟ ਤੇ ਚਲੇ ਜਾ ਸਾਨੂੰ ਵੱਲ ਨਹੀਂ ਆ। ਉਹਨਾਂ ਦੀ ਪੈਨਸ਼ਨ ਚੱਲ ਰਹੀ ਆ ਤੇ ਉਹਨਾਂ ਬੈਂਕ ਚੋਂ ਨਿਕੜਾਈ, ਉਹਨਾਂ ਨੂੰ ਐਨਓਸੀ ਵਗੈਰਾ ਲਈ ਲੈਟਰ ਚਾਹੀਦੀ ਸੀ, ਉਹਨਾਂ ਨੂੰ ਅਸੀਂ ਲੈਟਰ ਜਿਹੜੀ ਡਿਪਾਰਟਮੈਂਟ ਦੀ ਉਹ ਦੇ ਦਿੱਤੀ ਸੀ, ਉਹ ਬੈਂਕ 'ਚ ਵਿਖਾ ਕੇ ਉਹਨਾਂ ਨੂੰ ਪੈਨਸ਼ਨ ਮਿਲ ਗਈ ਡੈਸਕ ਤੇ ਮਿਲੇ ਸੀ। ਅੱਛਾ ਕਿਉਂਕਿ ਮੇਰੀ ਡਿਊਟੀ ਉੱਥੇ ਹੁੰਦੀ 1:30 ਵਜੇ ਤੱਕ। ਅੱਛਾ ਚੈੱਕ ਕਰਾ ਕੇ ਗਏ ਪੈਨਸ਼ਨ ਉਹਨਾਂ ਦੀ ਡਿਪਾਰਟਮੈਂਟ ਵੱਲੋਂ ਜਾ ਰਹੀ ਹੈ। ਕੰਜਲ ਖੁਆਰ ਨਹੀਂ ਇਹ ਸਰਕਾਰ ਦਾ ਸਿਸਟਮ ਆ, ਉਹਨਾਂ ਕਿਤੇ 3 ਮਹੀਨੇ ਨਹੀਂ ਕਢਾਉਂਦੇ ਜਿਹੜੇ ਪੈਨਸ਼ਨ, ਉਹਨਾਂ ਨੂੰ ਮਨਜ਼ੂਰੀ ਲੈਣੀ ਪੈਂਦੀ ਆ, ਉਹ ਇਸ਼ੂ ਆ। ਅਸੀਂ ਤੁਹਾਨੂੰ ਚਿੱਠੀ ਦਿਖਾ ਦਿੰਦੇ ਹਾਂ ਸਰਕਾਰ ਦੀ ਜਿਹੜੀ ਆ, ਉਹਨਾਂ ਬੈਂਕ ਨੂੰ ਡਾਇਰੈਕਟ ਕੀਤੀ ਆ, ਸਾਡਾ ਉਹਦੇ 'ਚ ਤਾਂ ਹੈ ਨਹੀਂ ਕੋਈ ਇਸ਼ੂ। MLA ਸਾਹਿਬ ਨੂੰ ਪੁੱਛ ਸਕਦੇ ਹੋ ਜਾਂ ਕਿਸੇ ਹੋਰ ਵੱਡੇ ਅਹੁਦੇਦਾਰਾਂ ਨੂੰ ਨਾ, ਅਫਸਰ ਵਾਧੂ ਚਾਰ ਤੇ ਆ, ਉਹਨਾਂ ਜ਼ਿਲ੍ਹੇ ਹੈਗੇ ਆ। ਇੱਥੇ ਕਦੋਂ ਕਦੋਂ ਬੈਠਦੇ ਨੇ? ਇੱਥੇ ਉਹਨਾਂ ਦੇ ਤਕਰੀਬਨ ਵੀਰਵਾਰ ਹੁੰਦੀ ਹੈ ਡਿਊਟੀ। ਅੱਛਾ ਬਾਕੀ ਕਈ ਵਾਰੀ ਅਰਜੈਂਟ ਕਿਸੇ ਵੇਲੇ ਉੱਧਰ ਡੀਸੀ ਸਾਹਿਬ ਦੀ ਮੀਟਿੰਗ ਹੁੰਦੀ ਤੇ ਉੱਧਰ ਜਾਣਾ ਪੈਂਦਾ, ਜਿੱਧਰ ਪਹਿਲਾਂ ਆ ਗਈ ਤੇ ਇੱਧਰ ਪਹਿਲਾਂ ਵੀ ਆ ਸਕਦੇ ਆ। DSS ਸਾਹਿਬ ਦੇ ਲੈਵਲ ਦਾ ਜੇ ਕੋਈ ਕੰਮ ਹੁੰਦਾ ਉਹਨਾਂ ਨੂੰ ਉਸੇ ਵੇਲੇ ਫੋਨ ਤੇ ਕਰਕੇ, ਫੋਨ ਤੇ ਸਾਰਾ ਸੰਪਰਕ ਕਰਕੇ, ਫੋਨ ਤੇ ਸਾਰਾ ਕਨੈਕਟ ਕਰਕੇ ਕੰਮ ਨਿਬੇੜ ਦਿੰਦੇ ਨਾਲ। ਖੱਜਲ ਖੁਆਰੀ ਜੇ ਮੇਰੇ ਕੋਲ ਆਏ ਆ, ਮੈਂ ਉਹਨਾਂ ਦੀ ਸਪੋਰਟ ਉਹਨਾਂ ਨੂੰ ਮੌਕੇ ਤੇ ਦੱਸਿਆ ਤੁਹਾਡੀ ਪੈਨਸ਼ਨ ਗਈ ਹੈ ਖਾਤੇ 'ਚ, ਉਹਨਾਂ ਨੂੰ ਮੈਂ ਫੋਟੋ ਸਟੇਟ ਕਾਪੀ ਵੀ ਕਰਵਾ ਕੇ ਦਿੱਤੀ ਆ। ਹੁਣ ਜੇ ਉੱਤੇ ਆਏ ਆ ਮੈਨੂੰ ਨਹੀਂ ਪਤਾ ਉਹ ਕਿਹਦੇ ਤੋਂ ਪੁੱਛ ਕੇ ਆਏ, ਕਿਵੇਂ ਆਏ, ਕਿਉਂ ਆਏ ਆ, ਜਾਂ ਕਿਸੇ ਨੇ ਔਰਤ ਦਾ ਜੀ ਔਰਤ ਦਾ ਨਾਮ ਮੈਨੂੰ ਇਸ ਟਾਈਮ ਯਾਦ ਨਹੀਂ, ਮੇਰੇ ਕੋਲ ਉਹਨਾਂ ਦਾ ਰਿਕਾਰਡ ਸੀ, ਉੱਥੇ ਮੇਨਟੇਨ ਕਰਦੇ ਆ ਜਿਹੜਾ ਹੈਲਪ ਡੈਸਕ। ਜਦੋਂ ਲੋਕ ਆਉਂਦੇ ਨੇ ਤੇ ਫਿਰ ਉਹਨਾਂ ਦੀ ਸੁਣਵਾਈ ਕੌਣ ਕਰਦਾ ਜੇ ਅਫਸਰ ਨਹੀਂ ਹੁੰਦਾ ਤਾਂ? ਉਹਨਾਂ ਦੀ ਜਿਸ ਲੈਵਲ ਦਾ ਕੰਮ ਹੁੰਦਾ ਉਸ, ਜੇ ਡੀਲਿੰਗ ਕਲਰਕ ਦੇ ਲੈਵਲ ਦਾ ਕੰਮ ਹੁੰਦਾ ਤਾਂ ਡੀਲਿੰਗ ਕਲਰਕ ਕਰਦਾ, ਜੇ ਆਨਲਾਈਨ ਪੈਨਸ਼ਨ ਚੈੱਕ ਕਰਨ ਵਾਲੇ ਹੁੰਦੇ ਤਾਂ ਮੈਂ ਚੈੱਕ ਕਰ ਦੇਣਾ। ਜੇ ਕੋਈ ਉਦੂ ਲੈਵਲ ਦਾ ਹੁੰਦਾ ਤੇ DSS ਸਾਹਿਬ ਨੂੰ ਫੋਨ ਲਾ ਲਈਦਾ, ਮਤਲਬ ਫੋਨ ਤੇ ਕੰਮ ਹੁੰਦਾ, ਫੋਨ ਤੇ ਵੀ ਹੋ ਜਾਂਦਾ ਨਾ ਜੇ DSS ਸਾਹਿਬ। ਹੁਣ ਇਸ ਤੋਂ ਬਾਅਦ ਮਤਲਬ ਇੱਥੇ ਪੋਸਟ ਨਾ ਵੀ ਹੋਵੇ ਤਾਂ ਵੀ ਸਰ ਜੂਗਾ ਅਫਸਰ ਦੀ? ਨਾਂ ਕੀ ਆਪਣਾ? ਮੇਰਾ ਸੁਖਵਿੰਦਰ। ਠੀਕ।